ਕਲਾਮਾ ਪੀ ਲੱਗਦਾ ਹਾਜੀ ਹੱਜ ਕਰਕੇ ਆ ਰਿਹਾ ਸਫਾ ਮਰਮਾ ਤੇ ਦੁਆਵਾਂ ਕਰਦਾ ਰਿਹਾ ਯਾ ਅੱਲਾ ਰਾਜ਼ੀ ਹੋ ਜਾ ਫਤੀਮੇ ਕਾਬਾ ਚ ਰੋਂਦਾ ਰਿਹਾ ਯਾ ਅੱਲਾ ਰਾਜ਼ੀ ਹੋ ਜਾ ਮਿਨਾ ਤੇ ਰੋਂਦਾ ਰਿਹਾ ਯਾ ਅੱਲਾ ਰਾਜ਼ੀ ਹੋ ਜਾ ਜਦੋਂ ਹਾਜੀ ਹੱਜ ਕਰਕੇ ਵਾਪਿਸ ਆ ਜੇ ਏਅਰਪੋਰਟ ਤੇ ਲੈਣ ਜਾਇਆ ਜੇ ਤੇ ਜਾ ਕੇ ਸੀਨੇ ਲਾ ਕੇ ਆ ਕੇ ਜੇ ਹਾਜੀ ਸਾਹਿਬ ਮੁਬਾਰਕ ਹੋਵੇ 3 ਲੱਖ ਰੁਪਈਆ ਲਾ ਕੇ ਆਏ ਲਿਆਓ ਗਰੰਟੀ ਕਾਰਡ ਵੀ ਵਿਖਾ ਦਿਓ ਕਿ ਰੱਬ ਰਾਜ਼ੀ ਹੋਇਆ ਕਿ ਨਹੀਂ ਹੋਇਆ ਹਾਜੀ ਸੋਚੀ ਪੈ ਜਾਏਗਾ ਮੇਰੇ ਕੋਲ ਤੇ ਗਰੰਟੀ ਕਾਰਡ ਹੀ ਕੋਈ ਨਹੀਂ ਅੱਲਾ ਰਾਜ਼ੀ ਹੋਇਆ ਕਿ ਨਹੀਂ ਹੋਇਆ ਆ ਮੈਂ ਤੈਨੂੰ ਇੱਕ ਗਰੰਟੀ ਕਾਰਡ ਦੇਵਾਂ ਜਿਹੜਾ ਮਦੀਨੇ ਦੇ ਤਾਜਦਾਰ ਨੇ ਅਦਾ ਕੀਤਾ ਮੇਰੇ ਤੇ ਤੇਰੇ ਆਕਾ ਨੇ ਫਰਮਾਇਆ ਸੁਬਾਹ ਉੱਠ ਕੇ ਚਿੱਟੀ ਦਾੜੀ ਵਾਲੇ ਪਾਪ ਦਾ ਚਿਹਰਾ ਵੇਖ ਲੈ ਜੇ ਤੇਰਾ ਅੱਬਾ ਰਾਜ਼ੀ ਏ ਸਮਝੀ ਅੱਲਾ ਵੀ ਰਾਜ਼ੀ ਹਜ਼ੂਰ ਦੀ ਗੁਲਾਮੀ ਦਾ ਪਟਾ ਗਲੇ ਚ ਪਾ ਇਬਰਾਹੀਮ ਨਬੀ ਪਾਕ ਦੀ ਬਾਰਗਾਹ ਵਿੱਚ ਆਏ ਮੇਰੇ ਆਕਾ ਫਰਮਾਇਆ ਤੂੰ ਲੋਕਾਂ ਦੀਆਂ ਰੂਹਾਂ ਕੱਢ ਕੇ ਲੈ ਕੇ ਜਾਣਾ ਹੈ ਕਦੇ ਕਿਸੇ ਨੂੰ ਪੈਗਾਮ ਭੇਜੀ ਆਈ ਕਿ ਤੇਰੇ ਆਉਣ ਤੋਂ ਪਹਿਲੇ ਲੋਕ ਤਿਆਰੀ ਕਰਕੇ ਰੱਖਣ ਜਿਹੜਾ ਜਵਾਬ ਦਿੱਤਾ ਨਾ ਇਬਰਾਹੀਮ ਨੇ ਸੁਣ ਕੇ ਦਿਲ ਦੀ ਤਖਤੀ ਤੇ ਲਿਖ ਲੈ ਕੌਣ ਹੈ ਦੀਵਾਨੀ ਦੇ ਗੁਲਾਮਾ ਮਲਕੁਲ ਮੌਤ ਨੇ ਅਰਜ਼ ਕੀਤੀ ਕਮਲੀ ਵਾਲਿਆ ਬੜੇ ਪੈਗਾਮ ਭੇਜਣਾ ਵਾ ਮੇਰੇ ਆਕਾ ਨੇ ਫਰਮਾਇਆ ਮਾਵਾਂ ਦੀਆਂ ਗੋਦੀਆਂ ਚੋਂ ਪੁੱਤਰ ਲੈ ਜਾਣੇ ਜਵਾਨ ਪੁੱਤਰਾਂ ਕੋਲੋਂ ਮਾਵਾਂ ਦਾ ਸਾਇਆ ਲੈ ਜਾਣੇ ਕਿਸੇ ਜਵਾਨ ਪੁੱਤਰ ਦੇ ਸਿਰ ਤੋਂ ਚਿੱਟੀ ਦਾੜੀ ਵਾਲੇ ਬਾਬੇ ਦਾ ਸਾਇਆ ਲੈ ਜਾਣੇ ਕਿਸੇ ਵਡੇਰੇ ਪਾਪ ਦਾ ਸਹਾਰਾ ਉਹ ਦਾ ਪੁੱਤਰ ਲੈ ਜਾਣਾ ਕਦੇ ਆਉਣ ਤੋਂ ਪਹਿਲੇ ਕਿਸੇ ਨੂੰ ਪੈਗਾਮ ਵੀ ਭੇਜਿਆ ਆਈ ਤੇ ਤੇਰੇ ਆਉਣ ਤੋਂ ਪਹਿਲੇ ਲੋਕ ਮੌਤ ਦੀ ਤਿਆਰੀ ਕਰਕੇ ਰੱਖ ਲੈ ਅਰਧ ਕੀਤੀ ਕਮਲੀ ਵਾਲਿਆ ਮੈਂ ਆਉਣ ਤੋਂ ਪਹਿਲੇ ਬੰਦਿਆਂ ਨੂੰ ਬੜੇ ਮੈਸੇਜ ਤੇ ਪੈਗਾਮ ਭੇਜਣਾ ਵਾ ਮੇਰੇ ਆਕਾ ਫਰਮਾਇਆ ਦੱਸ ਤੇਰਾ ਪੈਗਾਮ ਕੀ ਏ ਅਰਧ ਕੀਤੀ ਕਮਲੀ ਵਾਲਿਆ ਜਦੋਂ ਬੰਦਾ ਬਿਮਾਰ ਹੋ ਜੇ ਬਿਮਾਰੀ ਮੌਤ ਦਾ ਪੈਗਾਮ ਲੈ ਕੇ ਆਈ ਬਿਮਾਰੀ ਆ ਕੇ ਬੰਦੇ ਨੂੰ ਦੱਸਦੀ ਏ ਬੰਦਿਆ ਤਿਆਰੀ ਕਰ ਲੈ ਜਿੱਥੇ ਬਿਮਾਰੀ ਆ ਗਈ ਆ ਇੱਥੇ ਮੌਤ ਵੀ ਆ ਜਾਏਗੀ ਅਰਧ ਕੀਤੀ ਕਮਲੀ ਵਾਲੇ ਅੱਜ ਦੀ ਦਾੜੀ ਦੇ ਵਾਲ ਚਿੱਟੇ ਹੋ ਜਾ ਇਹ ਚਿੱਟੇ ਵਾਲ ਵੀ ਮੌਤ ਦਾ ਸੁਨਿਆ ਲੈ ਕੇ ਆਏ ਆ ਕੇ ਦੱਸਦੇ ਨੇ ਬੰਦਿਆ ਤਿਆਰੀ ਕਰ ਲੈ ਜਿੱਥੇ ਬੜਾ ਪਾਇਆ ਗਈ ਮੌਤ ਵੀ ਆ ਜਾਏਗੀ ਅਰਧ ਕੀਤੀ ਕਮਲੀ ਵਾਲੇ ਅੱਜ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਜਾਏ ਇਹ ਵੀ ਮੇਰਾ ਮੌਤ ਦਾ ਸੁਨਿਆ ਲੈ ਕੇ ਆਉਂਦੀ ਏ ਆ ਕੇ ਦੱਸਦੀ ਏ ਬੰਦਿਆ ਤਿਆਰੀ ਕਰ ਲੈ ਅੱਖਾਂ ਦੀ ਨਜ਼ਰ ਚਲੀ ਗਈ ਆ ਤੂੰ ਵੀ ਚਲਿਆ ਜਾਣੇ ਸੋਹਣਿਆ ਜੀ ਦੇ ਕੰਨਾਂ ਦੀ ਸਮਾਤ ਚਲੀ ਜੇ ਮੇਰਾ ਮੌਤ ਦਾ ਸੁਨਿਆ ਲੈ ਕੇ ਆਈ ਏ ਆਉਂਦੀ ਏ ਬੰਦਿਆ ਤੂੰ ਤਿਆਰੀ ਕਰ ਲੈ ਜਿੱਥੇ ਕੰਨਾਂ ਦੀ ਸਮਾਤ ਗਈ ਏ ਤੂੰ ਵੀ ਚਲਿਆ ਜਾਣੇ ਕਮਲੀ ਵਾਲਿਆ ਕਦੇ ਬਿਮਾਰੀ ਆ ਰਹੀ ਕਦੇ ਬੜਾ ਪਾਇਆ ਰਿਹਾ ਕਦੇ ਅੱਖਾਂ ਦੀ ਨਜ਼ਰ ਜਾ ਰਹੀ ਕਦੇ ਕੰਨਾਂ ਦੀ ਸਮਾਤ ਜਾ ਰਹੀ ਫੇਰ ਵੀ ਬੰਦਾ ਮੌਤ ਦੀ ਤਿਆਰੀ ਨਾ ਕਰੇ
ਅਰਦ ਕੀਤੀ ਕਮਲੀ ਵਾਲਿਆ ਫਿਰ ਮੈਂ ਰੂਹ ਕਬਜ਼ ਕਰਨ ਆਉਣਾ, ਜਿਹਦੀ ਮਾਂ ਦੀ ਰੂਹ ਨਿਕਲਦੀ ਏ ਉਹਦੀ ਔਲਾਦ ਰੋਂਦੀ, ਸੋਹਣਿਆ ਜਿਹਦੇ ਬਾਬੇ ਦੀ ਰੂਹ ਨਿਕਲਦੀ ਉਹਦੀ ਔਲਾਦ ਰੋਂਦੀ ਏ, ਜਿਹਦੇ ਭਰਾ ਦੀ ਰੂਹ ਨਿਕਲ ਜੇ ਪੈਣਾ ਤੇ ਭਰਾ ਰੋਂਦੇ ਨੇ। ਕਮਲੀ ਵਾਲਿਆ ਜਦੋਂ ਮੈਂ ਰੂਹ ਕੱਢਣਾ ਲੈ ਕੇ ਦਰਵਾਜ਼ੇ ਦੀ ਚੌਕੜ 'ਚ ਖਲੋ ਜਾਣਾ, ਸਾਰਿਆਂ ਦਾ ਰੋਣਾ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ, ਤੇ ਮੈਂ ਕਹਿੰਦਾ ਰੋਣ ਵਾਲਿਓ ਹੁਣ ਕਿਉਂ ਰੋਂਦੇ ਹੋ, ਮੈਂ ਕਿਹੜਾ ਆਖਰੀ ਵਾਰ ਆਇਆ, ਮੈਂ ਤੇ ਬਾਰ ਬਾਰ ਆਵਾਂਗਾ, ਉਦੋਂ ਤੱਕ ਆਵਾਂਗਾ ਹੱਤਾ ਕਿ ਕੋਈ ਵੀ ਬਾਕੀ ਨਹੀਂ ਰਵੇਗਾ। ਕਿਤੇ ਉਹ ਗੱਲ ਜਿਹੜੀ ਮਾਲਕੁਲ ਮੌਤ ਮੇਰੇ ਨਬੀ ਦੇ ਨਾਲ ਕੀਤੀ, ਅਗਰ ਮੈਂ ਦੁਨੀਆਦਾਰੀ ਦੀ ਗੱਲ ਸੁਣਾਵਾਂ ਕਦੋਂ ਰੂਹ ਨਿਕਲਦੀ ਏ, ਹੁਣ ਕੀਤਾ ਜਾ ਰਿਹਾ ਫਲਾਣਾ ਬੰਦਾ ਫੌਤ ਹੋ ਗਿਆ, ਉਹਦੇ ਚਾਚੇ ਵੀ ਆ ਰਹੇ, ਮਾਮੇ ਵੀ ਆ ਰਹੇ, ਫੁੱਫੀਆਂ ਤਾਈਆਂ ਵੀ ਆ ਰਹੀਆਂ, ਯਾਰ ਬੇਦੀ ਮੁਹੱਲਾਦਾਰ ਵੀ ਆ ਰਹੇ, ਜਿਹੜਾ ਬੰਦਾ ਵੀ ਆਉਂਦਾ ਆ ਕੇ ਕਹਿੰਦਾ ਦੱਸੋ ਜਨਾਜ਼ੇ ਦਾ ਵੇਲਾ ਕੀ ਰੱਖਿਆ ਜੇ, ਇਹ ਕੋਈ ਵੀ ਨਹੀਂ ਕਹਿ ਰਿਹਾ ਮਰਨ ਵਾਲੇ ਨੂੰ ਰੱਖ ਲਿਆ ਜੇ, ਹਰ ਬੰਦਾ ਆ ਕੇ ਜਨਾਜ਼ੇ ਦਾ ਵੇਲਾ ਪੁੱਛਦਾ ਏ, ਚਾਰ ਪਾਈ ਮੋਢਿਆਂ ਤੇ ਚੁੱਕ ਕੇ ਕਬਰਾਂ ਵੱਲ ਜਾਇਆ ਜਾ ਰਿਹਾ, ਮਾਂ ਰੋਂਦੀ ਰਹਿ ਗਈ ਮਰ ਕੇ ਕਬਰ 'ਚ ਨਾਲ ਨਹੀਂ ਆਈ, ਬਾਪ ਰੋਂਦਾ ਰਹਿ ਗਿਆ ਮਰ ਕੇ ਕਬਰ 'ਚ ਨਾਲ ਨਹੀਂ ਆਇਆ, ਭੈਣਾਂ ਰੋਂਦੀਆਂ ਰਹਿ ਗਈਆਂ ਮਰ ਕੇ ਕਬਰ 'ਚ ਨਾਲ ਨਹੀਂ ਆਈਆਂ, ਭਰਾ ਰੋਂਦੇ ਰਹਿ ਗਏ ਮਰ ਕੇ ਕਬਰ 'ਚ ਨਾਲ ਨਹੀਂ ਆਏ, ਜਿਨ੍ਹਾਂ ਯਾਰਾਂ ਦੇ ਹੱਥਾਂ 'ਚ ਹੱਥ ਦੇ ਕੇ ਇਕੱਠੇ ਜੀਣ ਤੇ ਮਰਨ ਦੇ ਵਾਅਦੇ ਕਰਦੇ ਰਹੇ, ਉਹ ਤੇਰੇ ਯਾਰ ਵੀ ਰੋਂਦੇ ਰਹੇ ਮਰ ਕੇ ਨਾਲ ਨਹੀਂ ਆਏ, ਜਿਹੜਾ ਬੜਾ ਚੰਗਾ ਯਾਰ ਹੋਵੇਗਾ ਦੋ ਬੁੱਕਾਂ ਮਿੱਟੀ ਜ਼ਿਆਦਾ ਪਾ ਕੇ ਵਾਪਿਸ ਆ ਜਾਏਗਾ, ਕਿਸੇ ਵੀ ਤੇਰੀ ਕਬਰ 'ਚ ਨਾਲ ਨਹੀਂ ਜਾਣਾ, ਯਾਰੀ ਆਮੀਨਾ ਦੇ ਲਾਲ ਦੇ ਨਾਲ ਲਾ ਲੈ, ਜਦੋਂ ਸਾਰੇ ਬੜਾ ਬੜ ਮੱਟੀ ਥੱਲੇ ਛੱਡ ਕੇ ਵਾਪਿਸ ਆਣਗੇ ਉੱਥੇ ਮਦੀਨੇ ਵਾਲਾ ਆ ਜਾਏ। ਭੈਣਾ ਭਰਾ ਛੱਡ ਆਏ, ਅੰਗ ਸਾਗ ਛੱਡ ਆਏ, ਯਾਰ ਬੈਲੀ ਛੱਡ ਆਏ, ਜਦੋਂ ਕੋਈ ਵੀ ਨਹੀਂ ਨਾ ਆਇਆ ਫਿਰ ਉੱਥੇ ਕੌਣ ਆਇਆ, ਆਮੀਨਾ ਦਾ ਲਾਲ ਮੁਹੱਬਤ ਦੇ ਰਸੂਲ ਕੰਮ ਆ ਰਹੀ, ਉੱਥੇ ਕਮਲੀ ਵਾਲੇ ਦਾ ਇਸ਼ਕ ਕੰਮ ਆ ਰਿਹਾ, ਇਸ ਵਾਸਤੇ ਭਾਈਆ ਦੁਨੀਆਂ ਨੂੰ ਮਹਿਬੂਬ ਨਾ ਬਣਾ, ਅੱਲਾ ਨੂੰ ਮਹਿਬੂਬ ਬਣਾ ਤੇ ਅੱਲਾ ਦੇ ਮਹਿਬੂਬ ਨੂੰ ਮਹਿਬੂਬ ਬਣਾ, ਅੱਲਾ ਤੇ ਰਸੂਲ ਦੇ ਤਾਬੇਦਾਰ ਹੋ ਜਾਓ, ਕਬਰ ਵਿੱਚ ਵੀ ਖੈਰ ਹੋ ਸੀ ਤੇ ਹਸ਼ਰ ਵਿੱਚ ਵੀ, ਉਹ ਬੋਲੋ ਤੇ ਸਹੀ ਭਾਈ ਯਾਰ ਖੈਰ ਹੋ ਸੀ, ਇਹ ਦੁਨੀਆਦਾਰੀ ਇੱਕ ਵਾਰ ਜਾ ਰਿਹਾ ਕੁਕਾਲ ਜਾ ਰਿਹਾ, ਸਾਰਿਆਂ ਨੂੰ ਜਾਣਾ ਪਵੇਗਾ, ਇਹ ਮੇਰੇ ਮਾਲਕ ਦੀ ਭਾਈਆ ਮਰਦੀ ਏ, ਮੇਰੇ ਮਾਲਕ ਦੀ ਵੰਡ ਏ, ਕਈਆਂ ਨੂੰ ਬਣਾਉਣ ਨਹੀਂ ਦਿੰਦਾ, ਕਈ ਬਣਾ ਲੈਣ ਤੇ ਮਾਲਕ ਰਾਨ ਨਹੀਂ ਦਿੰਦਾ, ਅਸੀਂ ਤਾਂ ਦੁਨੀਆਂ ਨਾਲ ਪਿਆਰ ਕਰਨੇ ਆ ਨਾ, ਕੋਠੀਆਂ ਬਣਾ ਰਹੇ ਹਾਂ ਜਿਵੇਂ ਸਦਾ ਰਾਨ ਆਏ ਹਾਂ, ਜ਼ਮੀਨਾਂ ਖਰੀਦ ਰਹੇ ਹਾਂ ਜਿਵੇਂ ਸਦਾ ਰਾਨ ਆਏ ਹਾਂ। ਮੈਂ ਇੱਕ ਗੱਲ ਬੜੀ ਸੁਣਾਉਣਾ,
ਕਿਬਲਾ ਪੀਰ ਸੈਯਦ ਫੈਜ਼ੁਲ ਹਸਨ ਸ਼ਾਹ ਦੀ ਵਿਜਵਾ ਸ਼ਰੀਫ ਵਾਲੇ ਉਹਨਾਂ ਕੋਲ ਅਸੀਂ ਹਾਜ਼ਰ ਹੋਏ ਨਾ ਤੇ ਉਹਨਾਂ ਸ਼ਾਹ ਸਾਹਿਬ ਨੇ ਗੱਲ ਸੁਣਾਈ। ਸ਼ਾਹ ਸਾਹਿਬ ਦਾ ਇੱਕ ਮੁਰੀਦ ਸੀ, ਅਰਬਾਂ ਖਰਬਾਂ ਪਤੀ, ਉਹਨੇ ਜਗ੍ਹਾ ਖਰੀਦੀ ਤੇ ਜਗ੍ਹਾ ਖਰੀਦ ਕੇ ਨਾ ਤੇ ਵਿੱਚ ਕੋਠੀ ਬਣਾਉਣਾ ਸ਼ੁਰੂ ਕਰ ਦਿੱਤੀ। ਪੈਸੇ ਲਾਈ ਜਾ ਰਿਹਾ, ਟੈਲ ਪੱਥਰ ਬੜਾ ਕੰਮ ਕੀਤਾ, ਕਰੋੜਾਂ ਰੁਪਈਏ ਲਾ ਕੇ ਨਾ ਕੋਠੀ ਤਿਆਰ ਪਿਆ ਕਰਦਾ ਤੇ ਸ਼ਾਹ ਸਾਹਿਬ ਕੋਲ ਲਾ ਕੇ ਆਉਂਦਾ, ਸ਼ਾਹ ਜੀ ਮੈਂ ਨਾ ਘਰ ਪਿਆ ਬਣਾਉਣਾ ਤੇ ਜਿੱਦਣ ਮਕਾਨ 'ਚ ਮੈਂ ਸ਼ਿਫਟ ਹੋ ਜਾਣਾ ਨਾ ਉਦਣ ਮੈਂ ਮਾਫਲ ਕਰਾਉਣੀ ਹੈ ਤੇ ਤੁਹਾਨੂੰ ਬੁਲਾਉਣਾ ਤੇ ਤੁਸੀਂ ਆਉਣਾ ਮੇਰੇ ਘਰ ਮਾਫਲ ਦੇ। ਸ਼ਾਹ ਸਾਹਿਬ ਫਰਮਾਉਂਦੇ ਨੇ ਬੜਾ ਮਕਾਨ ਬਣਾਇਆ, ਕੋਠੀ ਦੇ ਉੱਤੇ ਕੱਢ ਕੜਾਕੇ ਦੀ ਤੇ ਲਾਲਾ ਰੁਪਈਏ, ਥੋੜਾ ਜਿਹਾ ਕੰਮ ਰਹਿ ਗਿਆ, ਬਿਲਕੁਲ ਤਿਆਰੀ ਹੈ, ਮਕਾਨ ਸ਼ਿਫਟ ਕਰਨਾ ਹੈ, ਮੋਟਰਸਾਈਕਲ ਲਈ ਸੂ ਘਰੋਂ ਨਿਕਲਿਆ ਕੋਈ ਸਮਾਨ ਲੈਣ ਵਾਸਤੇ, ਐਂਡ ਸੜਕ ਤੇ ਨਿਕਲਿਆ, ਐਕਸੀਡੈਂਟ ਹੋਇਆ ਤੇ ਰੂਹ ਬਰਬਾਦ ਕਰ ਗਈ। ਸ਼ਾਹ ਸਾਹਿਬ ਫਰਮਾਉਂਦੇ ਨੇ ਉਸੇ ਕੋਠੀ ਦੇ ਅੰਦਰ ਮੈਂ ਉਹਦੇ ਚੇਲਮ ਦੇ ਖਤਮ ਤੇ ਤਕਰੀਰ ਕਰਕੇ ਆਇਆ, ਉੱਥੇ ਮੈਂ ਗੱਲ ਕੀਤੀ ਹੈ, ਮਾਲਕਾ ਤੇਰੀ ਮਰਜ਼ੀ ਹੈ, ਕਈਆਂ ਨੂੰ ਬਣਾਉਣ ਨਹੀਂ ਦਿੰਦਾ, ਕਈ ਬਣਾ ਲੈਣ ਤੇ ਤੂੰ ਰਾਨ ਨਹੀਂ ਦਿੰਦਾ। ਇਹ ਭਾਈਆ ਦੁਨੀਆਂ ਨਾਲ ਪਿਆਰ ਨਾ ਕਰੋ, ਮਾਲ ਦੌਲਤ ਨਾ ਜੋੜੋ, ਅੱਲਾ ਰਸੂਲ ਦੀ ਮੁਹੱਬਤ ਕੰਮ ਆਵੇਗੀ। ਮਨਾ ਮਨ ਮੱਟੀ ਥੱਲੇ ਕਬਰਾਂ 'ਚ ਜਦੋਂ ਸਾਰੇ ਇਕੱਲਾ ਛੱਡ ਕੇ ਆਉਣਗੇ, ਜਿੱਥੇ ਕੋਈ ਨਹੀਂ ਨਾ ਆਇਆ, ਜੇ ਹਜ਼ੂਰ ਦਾ ਇਸ਼ਕ ਸੀਨੇ 'ਚ ਹੋਵੇਗਾ ਫਿਰ ਉੱਥੇ ਆਮੀਨਾ ਦਾ ਲਾਲ ਆਵੇਗਾ। ਇਸੇ ਬਾਤ ਤੇ ਮੈਂ ਤੇ ਗਲੀ ਗਲੀ ਪੈਗਾਮ ਦਿੱਤਾ, ਜਦੋਂ ਕੱਲਿਆ ਦਿਲ ਘਬਰਾਵੇਗਾ, ਉੱਥੇ ਕਮਲੀ ਵਾਲਾ ਆਵੇਗਾ, ਜਿੱਥੇ ਤੇਰੀ ਮਾਂ ਨਹੀਂ ਆਈ ਪੈਣਾ ਪਲਾ ਯਾਰ ਬੇਲੀ ਵੀ ਨਹੀਂ ਹੈ, ਜਿੱਥੇ ਸਾਰੇ ਕੱਲਾ ਛੱਡ ਕੇ ਆ ਗਏ, ਉਹ ਤੇਰੀ ਕਬਰ ਦੇ ਅੰਦਰ ਕੋਈ ਨਾਲ ਨਹੀਂ ਆਇਆ, ਜਿੱਥੇ ਕੋਈ ਵੀ ਨਹੀਂ ਆਇਆ ਫਿਰ ਉੱਥੇ ਕਮਲੀ ਵਾਲਾ ਆਵੇਗਾ, ਉੱਥੇ ਕਮਲੀ ਵਾਲਾ ਆਵੇਗਾ, ਆ ਕਮਲੀ ਹੇਠ ਛੁਪਾਵੇਗਾ, ਪੜੀਏ ਲਾ ਇਲਾਹਾ, ਇਹ ਨਹੀਂ ਯਾਰ ਸਾਰੇ ਮੇਰੇ ਨਾਲ ਪੜੋ ਲਾ ਇਲਾਹਾ ਬੜਾ ਮਾਣ ਹੈ, ਜਦੋਂ ਰੂਹ ਨਿਕਲਣੀ ਆ ਇਹਨਾਂ ਜਿਸਮ ਦੇ ਕੱਪੜੇ ਵੀ ਲਾ ਲੈਣੇ, ਇਹਨਾਂ ਤੇਰੇ ਹੱਥਾਂ 'ਚ ਪਾਈਆਂ ਕੜੀਆਂ ਵੀ ਲਾ ਲੈਣੀਆਂ, ਇਹਨਾਂ ਤੇਰੇ ਹੱਥਾਂ 'ਚ ਪਾਈਆਂ ਮੁੰਦਰੀਆਂ ਵੀ ਲਾ ਲੈਣੀਆਂ, ਚਿੱਟਾ ਜੋੜਾ ਪਾ ਕੇ ਕਬਰਾਂ ਵੱਲ ਭੇਜਣਾ, ਇੱਥੇ ਤੋਂ ਕੱਲਿਆ ਘਰ ਤੋਂ ਕੱਢਣਗੇ, ਤੇ ਜਾ ਜੰਗਲ ਦੇ ਵਿੱਚ ਛੱਡਣਗੇ, ਉਹ ਤੈਨੂੰ ਕੱਲਿਆ ਘਰ ਤੋਂ ਕੱਢਣਗੇ, ਜਾ ਜੰਗਲ ਦੇ ਵਿੱਚ ਛੱਡਣਗੇ, ਉਹ ਤੈਨੂੰ ਹੇਠ ਮਿੱਟੀ ਦੇ ਕੱਟਣਗੇ, ਪੜ ਲੈ ਲਾ ਹੱਕ ਲਾ ਮੁਸਲਮਾਨਾਂ ਜਿਨ੍ਹਾਂ ਦੇ ਪਿਆਰੇ ਚਲੇ ਗਏ ਬੇੜੇ ਬਿਲਾਉਣੇ ਹੋ ਗਏ, ਈਦਾਂ ਰਹੀਏ
ਉਹਨਾਂ ਦੁਖੀ ਧੀਆਂ ਨੂੰ ਪੁੱਛਿਆ ਜੇ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ, ਉਹਨਾਂ ਪੁੱਤਰਾਂ ਨੂੰ ਪੁੱਛਿਆ ਜੇ ਜਿਨ੍ਹਾਂ ਦੇ ਬਾਪ ਦੁਨੀਆਂ ਤੋਂ ਚਲੇ ਗਏ, ਜਾ ਕੇ ਪੁੱਛਿਆ ਜੇ ਯਾਰਾ ਮਾਂ ਮਰ ਗਈ ਆ, ਦੱਸ ਈਦ ਕਿਵੇਂ ਦੀ ਗੁਜ਼ਰੀ ਆ, ਤੇਰਾ ਬਾਪ ਮਰ ਗਿਆ ਦੱਸ ਈਦ ਕਿਵੇਂ ਦੀ ਗੁਜ਼ਰੀ ਆ, ਉਹ ਰੋ ਕੇ ਕਹਿਣਗੇ ਯਾਰਾ ਤੈਨੂੰ ਕੀ ਦੱਸੀਏ ਸਾਰੀ ਰਾਤ ਰੋ ਕੇ ਗੁਜ਼ਾਰੀ ਆ, ਰੋ ਰੋ ਕੇ ਕੋਈ ਆਵਾਜ਼ਾਂ ਮਾਰੀਆਂ ਨੇ ਆਵੇ ਲੈ ਸ਼ਾਮਾਂ ਪੈ ਗਈਆਂ, ਇਹ ਤੁਸੀਂ ਤੁਰ ਗਿਓ ਯਾਦਾਂ ਲੈ ਗਈਆਂ, ਆਵੇ ਲੋ ਸ਼ਾਮਾਂ ਪੈ ਗਈਆਂ, ਇਹ ਤੁਸੀਂ ਤੁਰ ਗਿਓ ਯਾਦਾਂ ਲੈ ਗਈਆਂ, ਉਹ ਡਾਟੀਆਂ ਤਕਦੀਰਾਂ ਲੈ ਗਈਆਂ, ਪੜੀਏ ਲਾ ਮੌਕਾਵਾਂ ਤੇ ਦੁਆ ਕਰੀਏ ਮੌਲਵੀ ਆਕਰ ਤੈਨੂੰ ਆਖਰੀ ਪੈਗਾਮ ਦੇ ਰਿਹਾ, ਇਹ ਵੇਲਾ ਸਭ ਤੇ ਆਣਾ ਏ, ਹਾਫਜ਼ ਮੌਤ ਨੇ ਫੇਰਾ ਪਾਣਾ ਏ, ਇਹ ਵੇਲਾ ਸਭ ਤੇ ਆਣਾ ਏ, ਹਾਫਜ਼ ਮੌਤ ਨੇ ਫੇਰਾ ਅੱਲਾਹੁ ਗਨੀ ਤਵਜੋ ਹੈ। ਚਲੋ ਜੀ ਸੁਭਾਨ ਅੱਲਾਹ ਫਰਮਾਓ ਜੀ, ਮੈਂ ਇੱਕ ਹਦੀਸ ਪਾਕ ਸੁਣਾ ਕੇ ਫਿਰ ਗੱਲ ਮੁਕਾ ਦਿਆਂ, ਚੁੱਕੇ ਵਕਤ ਕਾਫੀ ਖਾਸਾ ਹੋ ਗਿਆ, 3:30 ਤੇ ਹੋ ਗਏ, ਤੋ ਮੈਂ ਨਹੀਂ ਚਾਹੁੰਦਾ ਇਤਨਾ ਜ਼ਿਆਦਾ ਗੁਫਤਗੂ ਕੀਤੀ ਜਾਏ, ਕਿਉਂਕਿ ਖਤਮ ਸ਼ੀਫ ਦਾ ਪ੍ਰੋਗਰਾਮ ਬਿਲਕੁਲ ਮੁਖਤਸਰ ਹੁੰਦਾ ਹੈ, ਮਹਿਮਾਨਾਂ ਵਾਪਸ ਵੀ ਜਾਣਾ ਹੁੰਦਾ ਹੈ। ਅਦੀ ਤਾਂ ਨਿਗਰਾਮੀ ਕਦਰ ਵਕਤ ਮੌਤ ਦਾ ਸਾਰਿਆਂ 'ਤੇ ਆਵੇਗਾ, ਅਤੇ ਦੁਆ ਕਰੋ ਇਨਸ਼ਾਅੱਲਾ ਕਿਸੇ ਦੀ ਮਾਂ ਨਾ ਮਰੇ, ਇਨਸ਼ਾਅੱਲਾ ਕਿਸੇ ਦਾ ਬਾਪ ਨਾ ਮਰੇ। ਇਹ ਜਦੋਂ ਇਨਸਾਨ ਦੀ ਹਯਾਤੀ ਚੋਂ ਦੋ ਸਾਏ ਉੱਠ ਜਾਣ ਤੇ ਹਯਾਤੀ ਵੀਰਾਨ ਹੋ ਜਾਂਦੀ ਹੈ। ਬਾਪ ਦਾ ਮੁਕਾਮ ਕੀ ਹੈ, ਬਾਪ ਦੀ ਅਜ਼ਮਤ ਕੀ ਹੈ, ਤਵਜੋ ਫਰਮਾ, ਮੈਂ ਇੱਕ ਹੀ ਹਦੀਸ ਪਾਕ ਸੁਣਾਵਾਂ ਤੇ ਗੱਲ ਮੁਕਾ ਲਈਏ। ਬਾਪ ਨੂੰ ਅੱਲਾਹ ਕਰੀਮ ਨੇ ਬੜੇ ਮੁਕਾਮ ਅਤਾ ਫਰਮਾਏ। ਪਰ ਸਾਡਾ ਮੁਆਸ਼ਰਾ ਬਰਬਾਦ ਹੋ ਗਿਆ ਕਿ ਪੁੱਤਰ ਮਾਂ ਦੇ ਆਖੇ ਲੱਗਦਾ ਪਰ ਚਿੱਟੀ ਤਾੜੀ ਵਾਲੇ ਬਾਪ ਦੀ ਕਦਰ ਨਹੀਂ ਕਰਦਾ। ਨਬੀ ਪਾਕ ਸੱਲਮ ਨੇ ਮਾਂ ਦੀ ਅਜ਼ਮਤ ਨੂੰ ਬਿਆਨ ਵੀ ਫਰਮਾਇਆ ਤੇ ਮੇਰੇ ਨਬੀ ਨੇ ਚਿੱਟੀ ਦਾੜੀ ਵਾਲੇ ਬਾਪ ਦੀ ਅਜ਼ਮਤ ਵੀ ਬਿਆਨ ਫਰਮਾਈ ਹੈ। ਇਹ ਹੱਜ ਦਾ ਮੌਸਮ ਹੈ, ਹਜਾਜੇ ਕਿਰਾਮ ਹੱਜ ਤੇ ਜਾ ਰਹੇ ਤੇ ਹੱਜ ਹੋ ਗਿਆ ਹੈ 25 ਲੱਖ ਦਾ, 30 ਲੱਖ ਦਾ, ਜੇ ਜ਼ਿਆਦਾ ਬਿਲਕੁਲ ਕਰੀਬ ਰਿਹਾਇਸ਼ ਲੈ ਜਾਓ ਤੇ 40 ਲੱਖ ਦਾ, ਇਤਨਾ ਮਹਿੰਗਾ ਹੱਜ ਹੋ ਗਿਆ। ਤੇ ਹਾਜੀ ਉੱਥੇ ਜਾ ਕੇ ਪਤਾ ਕੀ ਕਰਦਾ, ਕੋਈ ਸਫਾ ਮਰਵਾ ਦੇ ਚੱਕਰ ਲਾਉਂਦਾ ਕਹਿੰਦਾ ਯਾ ਅੱਲਾ ਰਾਜ਼ੀ ਹੋ ਜਾ, ਕੋਈ ਹਤੀਮੇ ਕਾਬਾ 'ਚ ਰੋਂਦਾ ਕਹਿੰਦਾ ਯਾ ਅੱਲਾ ਰਾਜ਼ੀ ਹੋ ਜਾ, ਕੋਈ ਮਿਨਾ 'ਤੇ ਜਾ ਕੇ ਰੋਂਦਾ ਯਾ ਅੱਲਾ ਰਾਜ਼ੀ ਹੋ ਜਾ, ਕੋਈ ਮੁਜ਼ਦਲਫਾ 'ਚ ਰੋਂਦਾ ਯਾ ਅੱਲਾ ਰਾਜ਼ੀ ਹੋ ਜਾ। ਇਹ 30 ਲੱਖ ਰੁਪਈਆ ਲਾ ਕੇ ਨਾ ਹਾਜੀ ਲੈਣ ਕੀ ਗਿਆ ਕਿ ਅੱਲਾ ਮੇਰੇ 'ਤੇ ਰਾਜ਼ੀ ਹੋ ਜਾਏ, ਅੱਲਾ ਮੇਰੇ 'ਤੇ ਰਾਜ਼ੀ, ਉਹ ਬੋਲੋ ਤੁਸੀਂ, ਅੱਲਾ ਮੇਰੇ 'ਤੇ ਰਾਜ਼ੀ ਹੋ ਜਾਏ, ਅੱਲਾ ਦੀ ਰਜ਼ਾ ਹਾਸਲ ਕਰਨ ਵਾਸਤੇ ਗਿਆ।
ਕੌਣ ਹੈ ਦੀਵਾਲੀ ਦੇ ਗੁਲਾਮੋ 3 ਲੱਖ ਦਾ ਹਾਜੀ ਹੱਜ ਕਰਕੇ ਆ ਰਿਹਾ ਸਫਾ ਮਰਮਾ ਤੇ ਦੁਆਵਾਂ ਕਰਦਾ ਰਿਹਾ ਯਾ ਅੱਲਾ ਰਾਜ਼ੀ ਹੋ ਜਾ ਹਤੀਮੇ ਕਾਬਾ ਚ ਰੋਂਦਾ ਰਿਹਾ ਯਾ ਅੱਲਾ ਰਾਜ਼ੀ ਹੋ ਜਾ ਮੀਨਾ ਤੇ ਰੋਂਦਾ ਰਿਹਾ ਯਾ ਅੱਲਾ ਰਾਜ਼ੀ ਹੋ ਜਾ ਜਦੋਂ ਹਾਜੀ ਹੱਜ ਕਰਕੇ ਵਾਪਿਸ ਆ ਜੇ ਏਅਰਪੋਰਟ ਤੇ ਲੈਣ ਜਾਇਆ ਜੇ ਤੇ ਜਾ ਕੇ ਸੀਨੇ ਲਾ ਕੇ ਆ ਕੇ ਜੇ ਹਾਜੀ ਸਾਹਿਬ ਮੁਬਾਰਕ ਹੋਵੇ 3 ਲੱਖ ਰੁਪਈਆ ਲਾ ਕੇ ਆਏ ਲਿਆਓ ਗਰੰਟੀ ਕਾਰਡ ਵੀ ਵਿਖਾ ਦਿਓ ਕਿ ਰੱਬ ਰਾਜ਼ੀ ਹੋਇਆ ਕਿ ਨਹੀਂ ਹੋਇਆ ਹਾਜੀ ਸੋਚੀ ਪੈ ਜਾਏਗਾ ਮੇਰੇ ਕੋਲ ਤੇ ਗਰੰਟੀ ਕਾਰਡ ਹੀ ਕੋਈ ਨਹੀਂ ਅੱਲਾ ਰਾਜ਼ੀ ਹੋਇਆ ਕਿ ਨਹੀਂ ਹੋਇਆ ਆ ਮੈਂ ਤੈਨੂੰ ਇੱਕ ਗਰੰਟੀ ਕਾਰਡ ਦੇਵਾਂ ਜਿਹੜਾ ਮਦੀਨੇ ਦੇ ਤਾਜਦਾਰ ਨੇ ਅਤਾ ਕੀਤਾ ਮੇਰੇ ਤੇ ਤੇਰੇ ਆਕਾ ਨੇ ਫਰਮਾਇਆ ਸੁਬਾਹ ਉੱਠ ਕੇ ਚਿੱਟੀ ਦਾੜੀ ਵਾਲੇ ਪਾਪ ਦਾ ਚਿਹਰਾ ਵੇਖ ਲੈ ਜੇ ਤੇਰਾ ਅੱਪਾ ਰਾਜ਼ੀ ਏ ਸਮਝੀ ਅੱਲਾ ਵੀ ਰਾਜ਼ੀ ਸਮਝੀ ਅੱਲਾ ਵੀ ਮਾਂ ਰਾਜ਼ੀ ਤੇ ਰੱਬ ਰਾਜ਼ੀ ਬਾਪ ਰਾਜ਼ੀ ਤੇ ਰੱਬ ਰਾਜ਼ੀ ਪਰ ਸਾਹਿਬਾ ਇੱਥੇ ਤੇ ਬੇੜਾ ਹੀ ਗਰਕ ਗਿਆ 10 ਪੁੱਤਰ ਸਨ ਤੇ ਕੱਲਾ ਪਿਓ ਮਿਹਨਤ ਕਮਾਈ ਕਰਕੇ 10 ਪੁੱਤਰਾਂ ਨੂੰ ਪਾਲਦਾ ਰਿਹਾ ਅੱਜ ਪਿਓ ਦੀ ਦਾੜੀ ਚਿੱਟੀ ਹੋ ਗਈ ਤੇ 10 ਪੁੱਤਰਾਂ ਕੋਲੋਂ 1 ਪਿਓ ਨਹੀਂ ਸਾਂਭਿਆ ਜਾਂਦਾ ਸਾਰੇ ਬਹਿ ਕੇ ਪਰੇ ਪੰਚਾਇਤ ਲਾਈਏ 10 ਭਈ ਆਪਾਂ ਤੂੰ ਰੱਖਣਾ ਕਿ ਮੈਂ ਰੱਖਣਾ ਉਹ ਮੈਂ ਕਿਹਾ ਡੁੱਬ ਕੇ ਮਰ ਜਾਓ ਤੁਸੀਂ 1000 ਕੱਲਾ ਪਿਓ ਪਾਲਦਾ ਰਿਹਾ ਅਰੇ 10 ਕੋਲੋਂ 1 ਬਾਪ ਨਹੀਂ ਸਾਂਭਿਆ ਜਾਂਦਾ ਇੱਥੇ ਜਿੱਦਣ ਬਾਪ ਦੀ ਮੰਜੀ ਮੋਢਿਆਂ ਤੇ ਚੁੱਕੇਗਾ ਲੱਗ ਪਤਾ ਜਾਏਗਾ ਖੜੀ ਦਾ ਦਾਨ ਦਾਨ ਕਹਿੰਦਾ ਬਾਗਾਂ ਦੇ ਵਿੱਚ ਇੱਕ ਹਰੀਅਨ ਤੋਤਾ ਇੱਥੇ ਫਿਰਦਾ ਹੀ ਟਾਲੀ ਟਾਲੀ ਜਿੰਨਾ ਬਾਗਾਂ ਦੇ ਮਰ ਜਾਣ ਮਾਲੀ ਤੇ ਫਿਰ ਅੱਲਾ ਉਹਨਾਂ ਬੁੱਲ ਬੁੱਲ ਬਾਗ ਦੇ ਅੰਦਰ ਯਾਰਾ ਇੱਕ ਅਲਮਾਰੀ ਬਣਾਉਂਦੀ ਅਜੇ ਨੀ ਚੜਿਆ ਤੋੜ ਮੁਹੰਮਦ ਇੱਥੇ ਉੱਡ ਗਈ ਏ ਗੁਰਲਾਂ ਦੀ ਮਾਮਰੇ ਮਾਪੇ ਮੁਕਦੇ ਆਏ ਤੇ ਵੀਰ ਮਰਾਂ ਕੱਢ ਖਾਲੀ ਉਹ ਤੁਰਜੇ ਬਾਪ ਮੁਹੰਮਦ ਬਖਸ਼ਾ ਇੱਥੇ ਕੌਣ ਕਰ ਦਈ ਲਖਵਾ ਜ਼ਿੰਦਗੀ ਨਹੀਂ ਸਾਹਿਬਾ ਮੌਤ ਆਉਣ ਤੋਂ ਪਹਿਲੇ ਮੌਤ ਦੀ ਤਿਆਰੀ ਕਰਕੇ ਰੱਖੋ ਅੱਲਾ ਕਰੀਮ ਸਾਨੂੰ ਮੌਤ ਯਾਦ ਰੱਖਣ ਦੀ ਤੌਫੀਕ ਅਤਾ ਫਰਮਾਏ ਜਿਨ੍ਹਾਂ ਦੇ ਮਾਪੇ ਚਲੇ ਗਏ ਜਿਨ੍ਹਾਂ ਦੇ ਪਿਆਰੇ ਵਿਛੜ ਗਏ ਅੱਲਾ ਕਰੀਮ ਜਾਣ ਵਾਲਿਆਂ ਦੀ ਕਾਮਿਲ ਬਖਸ਼ਿਸ਼ ਫਰਮਾਏ ਔਰ ਜਿਨ੍ਹਾਂ ਦੇ ਹਯਾਤ ਨੇ ਅੱਲਾ ਕਰੀਮ ਇੱਜ਼ਤ ਦੀ ਤੌਫੀਕ ਅਤਾ ਫਰਮਾਏ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ ਕਿਸੇ ਨੂੰ ਮਾਨ ਦੌਲਤ 'ਤੇ ਕਿਸੇ ਨੂੰ ਹੈ ਇਬਾਦਤ 'ਤੇ ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ ਅੱਲਾ ਮਾ ਤੌਫੀਕੀ ਇਲਾ ਬਿੱਲਾਹ ਅਲੀ।